केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। एसपी गुरमीत सिंह किंगरा ने एक प्रेस कॉन्फ्रेंस विच दस्या कि सीआईए स्टाफ 1 दे इंचार्ज हरिंदर सिंह गिल अते थाना पतारा दे एसएचओ सतपाल सिंह दी टीम ने ऐतवार नूं रकवाटी प्लाइंट पिंड उच्चा दे कोल नाकाबंदी कीती होई सी। इस दौरान हांडा इमेज गड्डी नूं रोक के उस दी चैकिंग कीती गई तां बैक सीट ते हेठां 500 ग्राम हेरोइन बरामद कीती गई। पुलिस ने कार चालक जगतार सिंह दे खिलाफ़ थाना पतारा विच NDPS एक्ट दे तहत केस दर्ज करके उस नूं गिरफ़्तार कर लिया। SP किंगरा ने दस्या कि दोषी जगतार सिंह दे पिता परगन नूं दिल्ली पुलिस ने हेरोइन तस्करी विच गिरफ़्तार कीता सी, जो दिल्ली जेल विच बंद है। दोषी जगतार ਪਿਤਾ ਦੇ ਨਸ਼ਾ ਤਸਕਰੀ ਦੇ ਅਵੈਧ ਕਾਰੋਬਾਰ ਨੂੰ ਸੰਭਾਲ ਰਿਹਾ ਸੀ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਸਾਡੇ ਮਾਨਯੋਗ SSP ਸਰਦਾਰ ਨਵਜੋਤ ਸਿੰਘ ਜੀ ਮਾਹਲ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਾ ਰੋਕੋ ਮੁਹਿੰਮ ਚਲਾਈ ਜਾ ਰਹੀ ਹੈ ਔਰ ਉਹਦੇ ਵਿੱਚ ਸਾਡੇ DSP SPD ਸਰਦਾਰ ਬਲਕਾਰ ਸਿੰਘ ਜੀ ਔਰ ਉਹਨਾਂ ਦੇ ਅਗਵਾਈ ਹੇਠ DSP ਸੁਰਿੰਦਰ ਕੁਮਾਰ ਜੀ, DSP ਆਦਮਪੁਰ ਔਰ ਇੰਚਾਰਜ CIA ਹਰਿੰਦਰ ਸਿੰਘ ਅਤੇ ਸਤਪਾਲ ਸਿੰਘ ਸਬ ਇੰਸਪੈਕਟਰ, ਉਹਨਾਂ ਦੀ ਟੀਮ ਨੇ ਦੌਰਾਨੇ ਗਸ਼ਤ ਇੱਕ ਨਾਕਾਬੰਦੀ ਕੀਤੀ ਹੋਈ ਸੀ ਉੱਚੇ ਪਿੰਡ ਔਰ ਉੱਥੇ ਇੱਕ ਹਾਂਡਾ ਇਮੇਜ ਕਾਰ ਆ ਰਹੀ ਸੀ, ਉਹਨੂੰ ਸ਼ੱਕਦੀ ਬਣਾ ਕੇ ਰੋਕ ਕੇ ਚੈੱਕ ਕੀਤਾ, ਜਿੱਥੋਂ 1/2 ਕਿਲੋ ਹੈਰੋਇਨ ਬਰਾਮਦ ਹੋਈ ਔਰ ਇਹ ਸਾਡੇ ਜ਼ਿਲ੍ਹਾ ਪੁਲਿਸ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਸਰ, ਕਿੱਥੋਂ ਲੈ ਕੇ ਆ ਰਿਹਾ ਸੀਗਾ ਜੀ? ਇਹਦੇ ਬਾਰੇ ਇਹ ਪਤਾ ਲੱਗਾ ਕਿ ਇਹ ਬੰਦਾ ਕਿਸੇ ਨਾਈਜੀਰੀਅਨ ਪਾਸੋਂ ਦਿੱਲੀ ਤੋਂ ਲਿਆਉਂਦਾ ਸਮਾਨ, ਇਹਦਾ ਫਾਦਰ ਵੀ ਕਿਸੇ ਕੇਸ ਦੇ ਵਿੱਚ ਦਿੱਲੀ ਜੇਲ੍ਹ 'ਚ ਬੰਦ ਹੈ। ਸਰ, ਇੱਥੇ ਕਿੰਨੇ ਮਾਮਲੇ ਦਰਜ ਹੋਏ? ਹਾਲੇ ਇਹਦੀ ਮਜ਼ੀਦ ਪੁੱਛਗਿੱਛ ਕੀਤੀ ਜਾਵੇਗੀ, ਅਸੀਂ ਇਹਦੀ ਗ੍ਰਿਫਤਾਰ ਕਰਕੇ ਔਰ ਇਹਨੂੰ ਇਹਦਾ ਰਿਮਾਂਡ ਲੈ ਲਿਆ। ਰਿਮਾਂਡ 'ਚ ਇਹਦੀ ਦੌਰਾਨੇ ਪੁੱਛਗਿੱਛ ਜੋ ਵੀ ਤਫਤੀਸ਼ ਦੇ ਵਿੱਚ ਗੱਲ ਸਾਹਮਣੇ ਆਵੇਗੀ, ਹੋਰ ਵੀ ਕਈ ਖੁਲਾਸੇ ਹੋਣਗੇ। ਸਰ, ਕੀ ਨਾਮ ਹੈ ਸਰ ਬੰਦੇ ਦਾ? ਗ੍ਰਿਫਤਾਰ ਸਿੰਘ। ਸਰ, ਇਹਦੀ ਕੀਮਤ ਕਿੰਨੀ ਹੈਗੀ? ਇਹਦੀ ਕੀਮਤ ਮਾਰਕੀਟ ਵੈਲਿਊ ਇਹ ਫਲੌਰ ਥਾਣੇ 'ਚ ਆ ਜੀ, ਪਿੰਡ ਦਾ ਮੀਓਵਾ। ਇਹਦੇ ਪ੍ਰੀਵੀਅਸ ਰਿਕਾਰਡ ਚੈੱਕ ਕਰਾਂਗੇ, ਜੇਕਰ ਕੋਈ ਹੋਵੇਗਾ ਤਾਂ। ਸਰ, ਇਹਦੇ ਘਰ ਦਾ ਮੇਨ ਕਿਹੜਾ ਫਾਦਰ ਆ? ਉੱਥੇ ਦੀ ਪਹਿਲੇ ਉਹਦੇ 'ਤੇ ਵੀ ਪਰਚਾ ਦਰਜ ਹੈ, ਉਹ ਦਿੱਲੀ ਜੇਲ੍ਹ ਦੇ ਵਿੱਚ। ਸਰ, ਕੰਮ ਕੀ ਕਰਦਾ ਬੰਦਾ? ਇਹੀ ਕੰਮ ਕਰਦਾ ਮੈਂ? ਹਾਲੇ ਇਹ ਤੋਂ ਪੁੱਛਗਿੱਛ ਇਹ ਕਰਾਂਗੇ ਵੀ ਇਹਨੇ ਕੀ ਕਰ ਰਿਹਾ ਸੀ, ਇਹ ਜਿਹੜੀ ਖੇਪ ਹੈ ਮਤਲਬ ਅੱਗੇ ਕਿੱਥੇ ਸਪਲਾਈ ਕਰਨੀ ਸੀ? ਇਹ ਛੋਟੇ ਪੱਧਰ 'ਤੇ ਗਾਂ ਲਿਆ ਕੇ ਕਾਫੀ ਥਾਵਾਂ 'ਤੇ ਇਹਨੇ ਵੰਡਣੀ ਸੀ। ਇਹ ਗੱਡੀ ਇਹਦੀ ਆਪਣੀ ਹੈ ਸਰ? ਇਹ ਵੀ ਸਾਰਾ ਚੈੱਕ ਕਰਾਂਗੇ, ਇਹਦੇ ਰਿਕਾਰਡ ਚੈੱਕ ਕਰਕੇ DTO ਦਫ਼ਤਰ ਤੋਂ। ਮਾਮਲਾ ਕੀ ਦਰਜ ਕੀਤਾ? ਹਾਂਜੀ, ਮਾਮਲਾ ਕੀ ਦਰਜ ਕੀਤਾ? ਇਹਦੇ 'ਤੇ ਅਸੀਂ ਮੁਕੱਦਮਾ ਨੰਬਰ ਜਿਹੜਾ ਸਾਡੇ ਹੈਗਾ ਜੀ 38 81-85 NDPS ਥਾਣਾ ਪਤਾਰਾ ਜ਼ਿਲ੍ਹਾ ਜਲੰਧਰ 33। ਤਾਂ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਸਰ? ਇਹਦਾ ਅਸੀਂ ਇਹਦੀ ਪੁੱਛਗਿੱਛ ਕਰਾਂਗੇ, ਉਹਨੂੰ ਸਾਡੇ ਕੋਲ ਰਿਮਾਂਡ 'ਤੇ ਹੈ ਸਾਰੀ ਡਿਟੇਲ, ਉੱਥੇ ਪਤਾ ਲੱਗੇ। ਸਰ, ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ? ਇਹਦਾ ਰਿਮਾਂਡ 2 ਦਿਨ ਦਾ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।